ਸਮਾਜ ਦੇ ਵੀਰੋ ਆਹ ਟੈਨੀ ਵੀਰ ਅਤੇ ਮੈਂ ਪ੍ਰੇਮ, ਮੈਂ ਆਇਆ ਇੱਥੇ ਕਲਾਨੌਰ ਅਤੇ ਆਹ ਜਿਹੜਾ ਥਾਂ ਸਾਂਸਮਲ ਭਵਨ ਬਣਾਉਣ ਵਾਸਤੇ, ਸਾਂਸਮਲ ਭਵਨ ਬਣਾਉਣ ਵਾਸਤੇ ਦੱਸਿਓ ਤੁਸੀਂ ਕੁਛ ਜੀ। ਕਲਾਨੌਰ ਤੋਂ ਅੱਧਾ ਕਿਲੋਮੀਟਰ ਦੂਰ ਆ। ਹਾਂ, ਇਹ ਨਾਲ ਹਰੀਮਾਬਾਦ ਪਿੰਡ ਆ, ਹਰੀਮਾਬਾਦ ਪਿੰਡ ਦੇ ਨਾਲ ਹੀ ਹੈ। ਠੀਕ ਹੈ ਜੀ। ਇੱਕ ਬੀਘਾ ਸਾਨੂੰ ਮਿਲਿਆ। ਠੀਕ ਹੈ ਜੀ, ਠੀਕ। ਇੱਕ ਬੀਘਾ ਮਿਲਿਆ ਨਾ, ਇੱਕ ਬੀਘਾ ਮਤਲਬ ਅੱਠ ਕਨਾਲਾਂ, ਅੱਠ ਕਨਾਲਾਂ ਮਿਲੀਆਂ। ਚਾਰ ਕਨਾਲਾਂ, ਠੀਕ ਹੈ। ਅਤੇ ਹੁਣ ਇਹਦੀ ਜਿਹੜੀ ਕਾਰਵਾਈ ਹੈ ਨੀਂਹ ਦੀ, ਉਹ ਕਦੋਂ ਕੁ ਤੱਕ ਸੰਭਾਵਨਾ ਹੈ? ਇੱਕ ਮਹੀਨੇ ਤੱਕ ਮੁਕੰਮਲ ਹੋ ਜਾਂਦੀ। ਅਸੀਂ ਵਿਚਾਰ ਇਹ ਕਰ ਰਹੇ ਹਾਂ ਕਿ ਪੰਜ ਮਹਾਂਪੁਰਖ ਸਾਂਸੀ ਸਮਾਜ ਦੇ, ਉਹ ਇਹਦਾ ਨੀਂਹ ਪੱਥਰ ਰੱਖਣ। ਸੋ ਜਿੱਦਾਂ ਕਿ ਆਪਣੇ ਉਹ ਵਿਚਾਰ ਆਪਾਂ ਕਰ ਰਹੇ ਹਾਂ ਕਿ ਪੰਜ ਮਹਾਂਪੁਰਖ ਸਾਂਸੀ ਸਮਾਜ ਦੇ, ਜਿਨ੍ਹਾਂ ਇਹ ਉਹ ਥਾਂ ਮੇਰੇ ਵੀਰੋ, ਇਹ ਸਾਂਸੀ ਸਮਾਜ ਦਾ ਪਹਿਲਾ ਭਵਨ ਹੋਏਗਾ, ਸਾਂਸਮਲ ਭਵਨ। ਸਾਂਸਮਲ ਸਾਂਸੀ ਸਮਾਜ ਦਾ ਸਾਂਸਮਲ ਭਵਨ ਜਿਹੜਾ ਕਿ ਇਹ ਬਣਨ ਜਾ ਰਿਹਾ ਹੈ ਇਸ ਪਵਿੱਤਰ ਥਾਂ 'ਤੇ। ਇੱਥੇ ਇੱਕ ਸ਼ੁਰੂਆਤ ਹੋਈ ਹੈ। ਆਹ ਮੇਰਾ ਵੀਰ ਇੱਥੇ ਰਹਿੰਦਾ, ਪੂਰਾ ਆਪਣਾ ਨਾਂ ਦੱਸੋ। ਮੈਨੂੰ ਜੀ ਮੱਖਣ ਉਰਫ ਟੈਨੀ। ਮਾਲਾ ਬਿੱਡੂ। ਬਿੱਡੂ ਜੀ। ਬਿੱਡੂ, ਠੀਕ ਹੈ। ਠੀਕ ਹੈ ਜੀ। ਤੁਹਾਡੇ ਵਸਨੀਕ ਹੈ? ਠੀਕ ਹੈ ਜੀ। ਸਾਨੂੰ ਕਾਂਗਰਸ ਸਰਕਾਰ ਨੇ ਭਰਨ ਵਾਸਤੇ ਜਗ੍ਹਾ ਦਿੱਤੀ ਹੋਈ ਹੈ। ਠੀਕ ਹੈ। ਮੇਰੇ ਵੀਰ ਇਸ ਟਾਈਮ ਬਾਹਰ ਕੰਮਾਂ ਕਾਰਾਂ 'ਤੇ ਬਿਜੀ ਹੋਈ। ਇੱਥੇ ਕਿੰਨੇ ਕੁ ਸਾਂਸੀ ਸਮਾਜ ਦੇ ਘਰ ਹੈ ਕਲਾਨੌਰ 'ਚ? ਇੱਥੇ 40-50 ਘਰ ਹੈਗੇ ਜੀ। ਠੀਕ ਹੈ ਜੀ। ਅਤੇ ਉਹ ਡੇਰਾ ਬਾਬਾ ਨਾਨਕ? ਡੇਰਾ ਬਾਬਾ ਨਾਨਕ ਇੱਥੇ ਇੰਨੇ ਕੁ ਤਕਰੀਬਨ ਉੱਥੇ ਹੀ ਹੈ। ਠੀਕ ਹੈ ਭਾਅ ਜੀ। ਇਹ ਬਾਰਡਰ 'ਤੇ ਜ਼ਿਆਦਾਤਰ ਸਾਂਸੀ ਸਮਾਜ ਨੂੰ ਵਸਾਇਆ ਹੈ ਇਹਨਾਂ ਲੋਕਾਂ ਨੇ।